ਡਾਕਟਰ ਸਾਹਿਬ, ਤੁਸੀਂ ਉਸ ਵੇਲੇ ਕੈਬਨਿਟ ਚ ਵਜ਼ੀਰ ਸੀ, ਤੁਹਾਨੂੰ ਵੀ ਹੁਣ ਸਪਸ਼ਟੀਕਰਨ ਦੇਣਾ ਹੋਏਗਾ। ਕਦੋਂ ਜਾ ਰਹੇ ਹੋ ਸ੍ਰੀ ਅਕਾਲ ਤਖਤ ਸਾਹਿਬ? ਮੈਂ ਤਾਂ ਇਮੀਡੀਏਟਲੀ ਜਾਣਾ ਚਾਹੁੰਦਾ। ਮੈਂ ਪਤਾ ਕਰ ਰਿਹਾ ਕਿ ਸਿੰਘ ਸਾਹਿਬ ਕਦੋਂ, ਜੇ ਕੱਲ ਉੱਥੇ ਨੇ, ਤਾਂ ਮੈਂ ਤਾਂ ਇਮੀਡੀਏਟਲੀ ਜਾ ਕੇ ਆਪਣਾ ਸਪਸ਼ਟੀਕਰਨ ਦੇਣਾ ਚਾਹੁੰਦਾ। ਔਰ ਜਿਹੜੇ ਸਾਡੇ ਬਾਕੀ ਸਾਥੀ ਮੰਤਰੀ ਸਾਹਿਬਾਨ ਸੀਗੇ, ਉਹਨਾਂ ਨੂੰ ਵੀ ਅਸੀਂ ਬੇਨਤੀ ਕਰ ਰਹੇ ਹਾਂ ਕਿ ਜਲਦੀ ਸਾਰੇ ਆਪਾਂ ਆਪਣਾ ਸਪਸ਼ਟੀਕਰਨ ਜਿਹੜਾ ਉਹ ਜ਼ਰੂਰ ਦਿਓ, ਕਿਉਂਕਿ ਜੋ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦਾ ਹੋ ਗਿਆ ਉਹਦੇ 'ਤੇ ਸਾਰਿਆਂ ਨੂੰ ਫੁੱਲ ਚੜਾਉਣੀ ਚਾਹੀਦੀ। ਜੋ ਵੀ ਉਸ ਵੇਲੇ ਸਰਕਾਰ ਦੇ ਵਿੱਚ ਫੈਸਲੇ ਹੋਏ ਉਹ ਕਲੈਕਟਿਵ ਰਿਸਪੋਂਸੀਬਿਲਿਟੀ ਹੁੰਦੀ, ਇਕੱਲਾ ਸੀਐਮ ਜਾਂ ਡਿਪਟੀ ਸੀਐਮ ਉਹਦੇ ਵਾਸਤੇ ਜ਼ਿੰਮੇਵਾਰ ਨਹੀਂ ਹੁੰਦਾ। ਹਮੇਸ਼ਾ ਹੀ ਹੁੰਦਾ ਕਿ ਕੋਈ ਵੀ ਕੈਬਨਿਟ ਫੈਸਲਾ ਲੈਂਦੀ ਅਤੇ ਇੱਕ ਜਿਹੜੀ ਹੈ ਜੁਆਇੰਟ ਰਿਸਪੋਂਸੀਬਿਲਿਟੀ, ਜਿਹੜੀ ਕਲੈਕਟਿਵ ਰਿਸਪੋਂਸੀਬਿਲਿਟੀ ਹੈ, ਉਹ ਸਾਰਿਆਂ ਦੀ ਹੁੰਦੀ। ਇਸ ਲਈ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਪਸ਼ਟੀਕਰਨ ਦਿੱਤਾ ਸੀ, ਉਦੋਂ ਵੀ ਉਹਨਾਂ ਨੇ ਦੇਖਿਆ ਸੀ ਕਿ ਜੋ ਵੀ ਤੁਹਾਡਾ ਹੁਕਮ ਹੋਏਗਾ ਮੈਨੂੰ ਅਤੇ ਮੇਰੇ ਸਾਰੇ ਸਾਥੀਆਂ ਨੂੰ ਕਰਵਾਉਣਾ, ਕਿਉਂਕਿ ਅਸੀਂ ਆਲਰੇਡੀ ਕਮਿਟਮੈਂਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਰੂਪ ਦੇ ਵਿੱਚ ਵੀ ਦੇ ਚੁੱਕੇ ਹਾਂ, ਹੁਣ ਅਸੀਂ ਹਾਜ਼ਰ ਹੋ ਜਾਏ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਹਾ ਗਿਆ ਕਿ ਗੁਨਾਹ ਹੋਏ ਨੇ, ਦੋਸ਼ੀ ਕਰਾਰ ਕਰਦੇ ਹੋਏ ਤਨਖਈਆ ਕਰਾਰ ਦਿੱਤਾ, ਤੁਹਾਨੂੰ ਵੀ ਤਨਖਈਆ ਕਰਾਰ ਜਿਹੜਾ ਵਾ ਉਹ ਦਿੱਤਾ ਜਾ ਸਕਦਾ? ਦੇਖੋ, ਜੋ ਵੀ ਹੁਕਮ ਉਹਨਾਂ ਦਾ ਹੋਇਆ ਉਹਨਾਂ ਨੇ ਹਾਲੇ ਤਨਖਾਹੀਆ ਤਾਂ ਪ੍ਰਧਾਨ ਸਾਹਿਬ ਨੂੰ ਕੰਪਲੇਟ ਕੀਤੀ, ਬਾਕੀਆਂ ਦਾ ਉਹਨਾਂ ਨੇ ਸਪਸ਼ਟੀਕਰਨ ਮੰਗਿਆ ਕਿ ਇੰਡੀਵਿਜੁਅਲ ਸਪਸ਼ਟੀਕਰਨ। ਲੇਕਿਨ ਅਸੀਂ ਸਮਝਦੇ ਹਾਂ ਕਿ ਜੋ ਵੀ ਫੈਸਲੇ ਸਰਕਾਰ ਵੇਲੇ ਹੋਏ ਉਹ ਸਾਂਝੇ ਤੌਰ 'ਤੇ ਹੋਏ, ਇਸ ਕਰਕੇ ਇਕੱਲਾ ਪ੍ਰਧਾਨ ਸਾਹਿਬ ਤੋਂ ਜ਼ਿੰਮੇਵਾਰੀ ਪਾ ਕੇ ਕਿਸੇ ਨੂੰ ਵੀ ਭੱਜਣਾ ਨਹੀਂ ਚਾਹੀਦਾ। ਸਾਰੇ ਉਸ ਵੇਲੇ ਗੌਰਮੈਂਟ ਦੇ ਵਿੱਚ, ਜਿਹੜੇ ਭਰਾ ਸ਼ਿਕਾਇਤਾਂ ਕਰਨ ਵਾਲੇ ਆ ਉਹ ਵੀ ਉਸ ਵੇਲੇ ਗੌਰਮੈਂਟ 'ਚ ਸੀ, ਇਸ ਕਰਕੇ ਜਦੋਂ ਸਿੰਘ ਸਾਹਿਬ ਨੇ ਕਿਹਾ ਸਾਰੇ ਅਸੀਂ ਆਪਣਾ ਸਪਸ਼ਟੀਕਰਨ ਦਿਆਂਗੇ। ਇਹ ਤਾਂ ਗੁਰੂ ਦੇ ਜਿਹੜੀ ਹੈ ਤਖ਼ਤ ਦਾ ਹੁਕਮ ਹੈ, ਉਹਦੀ ਇੰਨ ਬਿੰਨ ਪਾਲਣਾ ਜਿਹੜੀ ਆ ਅਸੀਂ ਸਾਰੇ ਜਿਹੜੀ ਆ ਉਹ ਕਰਾਂਗੇ। ਜੀ ਮਾਸਾਬ, ਜਿਹੜੇ ਕਿ ਉਸ ਵੇਲੇ ਫੈਸਲੇ ਲਿੱਤੇ ਗਏ, DGP ਸੁਮੇਧ ਸੈਣੀ ਨੂੰ ਲਗਾਉਣਾ, ਮਾਫੀਨਾਮੇ ਦਾ ਜ਼ਿਕਰ ਹੁੰਦਾ ਹੈ ਜਾਂ ਫਿਰ ਐਡਵਰਟਾਈਜ਼ਮੈਂਟ ਦਾ ਜ਼ਿਕਰ ਹੁੰਦਾ ਹੈ, ਤੁਹਾਨੂੰ ਲੱਗਦਾ ਉਸ ਵੇਲੇ ਉਹ ਗਲਤੀਆਂ ਹੋ ਗਈਆਂ, ਉਹ ਨਹੀਂ ਹੋਣੀਆਂ ਚਾਹੀਦੀਆਂ ਸੀ? ਔਰ ਇਹ ਕਿੰਨੇ ਪ੍ਰਪੋਜ਼ ਕੀਤਾ ਸੀ ਕਿ ਇਸ ਤਰੀਕੇ ਦੇ ਫੈਸਲੇ ਲਿੱਤੇ ਜਾਣ? ਇਹ ਕਿਸ ਦੀ ਸ਼ੁਰੂਆਤ ਸੀ, ਕੌਣ ਲੈ ਕੇ ਆਇਆ, ਕਿਸੇ ਨੇ ਤਾਂ ਰੱਖੇ ਹੋਣਗੇ, ਕਿਸ ਤਰੀਕੇ ਨਾਲ ਇਹ ਸ਼ੁਰੂ ਹੋਇਆ ਸੀ? ਕੋਈ ਸਾਰੀਆਂ ਚੀਜ਼ਾਂ ਜਦੋਂ ਸ਼ਿਕਾਇਤਾਂ ਉਹਨਾਂ ਨੇ ਸਾਡੇ ਖਿਲਾਫ਼ ਦਿੱਤੀਆਂ ਉਹਦੇ ਵਿੱਚ ਦਰਜ ਹੈ। ਅਸੀਂ ਬਿਨਾਂ ਕਿਸੇ ਵਾਦ ਵਿਵਾਦ ਦੇ, ਸਵਾਲ ਜਵਾਬ ਦੇ, ਤਰਕ ਦੇ, ਦਲੀਲ ਦੇ ਸਾਰਾ ਕੁਝ ਆਪਣੀ ਝੋਲੀ 'ਚ ਪਾ ਲਿਆ, ਇਸ ਕਰਕੇ ਹੁਣ ਉਸ ਬਹਿਸ ਦੇ ਵਿੱਚ ਪੈਣਾ ਫਜ਼ੂਲ ਦੀ ਗੱਲ ਹੋਈ। ਜਦੋਂ ਤੁਸੀਂ ਤਖ਼ਤ ਦੇ ਉੱਤੇ ਲਿਖ ਕੇ ਲਿਖਤੀ ਰੂਪ 'ਚ ਸਾਰੀਆਂ ਚੀਜ਼ਾਂ ਸਵੀਕਾਰ ਕਰ ਲਈ ਕਿ ਜੋ ਕੁਛ ਵੀ ਉਸ ਵੇਲੇ ਸਰਕਾਰ ਦੇ ਵਿੱਚ ਹੋਇਆ, ਚੇਤ 'ਚ ਹੋਇਆ, ਅਚੇਤ 'ਚ ਹੋਇਆ, ਅਤੇ ਗੁਰੂ ਦੇ ਦਰ ਦੇ ਉੱਤੇ ਅਸੀਂ ਪ੍ਰਵਾਨ ਕਰ ਲਿਆ ਕਿ ਜੋ ਕੁਝ ਇਹਨਾਂ ਨੇ ਲਿਖਿਆ, ਅਤੇ ਹੁਣ ਉਹਦੇ ਵਾਸਤੇ ਮੈਂ ਜਿਹੜੀ ਹੈ ਕਿਸੇ ਨੂੰ ਦਲੀਲ ਦੇ ਕੇ, ਤਰਕ ਦੇ ਕੇ ਇੱਕ ਨੂੰ ਦੋਸ਼ੀ ਠਹਿਰਾਵਾਂ, ਦੂਜੇ ਨੂੰ ਗਲਤ ਠਹਿਰਾਵਾਂ, ਉਹ ਵਾਜਬ ਨੇ। ਇਹ ਜਿਹੜਾ ਜਦੋਂ ਝੋੜੀ 'ਚ ਚੀਜ਼ ਪਾ ਲਈ ਹੈ ਨਾ, ਉਦੋਂ ਗੁਰੂ ਦੇ ਅੱਗੇ ਸੀਸ ਨਿਵਾ ਤਾਂ ਗੁਰੂ ਤੋਂ ਭਰੋਸਾ। ਤੁਸੀਂ ਕੱਲ ਜਾ ਰਹੇ ਹੋ, ਕੱਲੇ ਜਾਓਗੇ ਜਾਂ ਤੁਹਾਡੇ ਨਾਲ ਸੁਖਬੀਰ ਸਿੰਘ ਬਾਦਲ ਔਰ ਕੈਬਨਿਟ ਦੇ ਬਾਕੀ ਵਜ਼ੀਰ ਵੀ ਜਾਣਗੇ ਜਾਂ ਤੁਸੀਂ ਇਕਲੌਤੇ ਕੱਲ ਜਾ ਰਹੇ ਹੋ? ਪੁੱਛ ਰਹੇ ਹਾਂ ਬਾਕੀਆਂ ਨੂੰ ਵੀ, ਹੁਣੇ ਸੰਪਰਕ ਕਰਾਂਗੇ ਕਿਉਂਕਿ ਅੱਜ ਹੀ ਹੁਕਮ ਹੋਇਆ, ਤੇ ਜਿਹੜੇ ਵੀ ਅਵੇਲੇਬਲ ਹੈ ਪੁੱਛ ਲੈਂਦੇ ਹਾਂ ਕਿ ਕੱਲ ਜਾ ਸਕਦੇ ਆ। ਪਰਸੋਂ ਸਿੰਘ ਸਾਹਿਬ ਦਾ ਵੀ ਪਤਾ ਕਰ ਲੈਂਦੇ ਕਿ ਸਿੰਘ ਸਾਹਿਬ ਉੱਥੇ ਅਵੇਲੇਬਲ ਨੇ, ਕਈ ਵਾਰੀ ਉਹ ਬਾਹਰ ਹੁੰਦੇ ਨੇ, ਕਿਉਂਕਿ ਨਿੱਜੀ ਤੌਰ 'ਤੇ ਉਹਨਾਂ ਨੂੰ ਪੇਸ਼ ਹੋ ਕੇ ਦੇਣਾ। ਇਸ ਕਰਕੇ ਸਾਡੀ ਤਾਂ ਇੱਛਾ ਕਿ ਜਿੰਨੀ ਜਲਦੀ ਹੋ ਸਕੇ ਜਾਇਆ, ਪ੍ਰਧਾਨ ਸਾਹਿਬ ਦੀ ਵੀ ਜਿਹੜੀ ਆ ਇਹ ਇੱਛਾ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਉਹ ਵੀ ਚਾਹੁੰਦੇ ਆ ਕਿ ਜਿਹੜੀ ਆ ਛੇਤੀ ਹੋਵੇ, ਇਸ ਕਰਕੇ ਅਸੀਂ ਸਿੰਘ ਸਾਹਿਬ ਦੀ ਅਵੇਲੇਬਿਲਿਟੀ ਵੀ ਪਤਾ ਕਰਨੀ, ਇਮੀਡੀਏਟਲੀ ਸਾਡੀ ਕੋਸ਼ਿਸ਼ ਆ ਕਿ ਅਸੀਂ ਆਪਣਾ ਸਪਸ਼ਟ ਕਰਨ ਦੇ। ਕਿਉਂਕਿ ਬਲਵਿੰਦਰ ਸਿੰਘ ਭੁੰਦੜ ਹੋਰੀ ਹੁਣ ਕਾਰਜਕਾਰੀ ਪ੍ਰਧਾਨ ਨੇ, ਬਾਕੀ ਇਹ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਹੋਰਾਂ ਨੂੰ ਵੀ ਅਸਤੀਫਾ ਦੇਣਾ ਹੋਏਗਾ, ਇਹ
ਕਾਰਜਕਾਰੀ ਪ੍ਰਧਾਨ ਬਣਾ ਕੇ ਗੱਲ ਨਹੀਂ ਬਣਨੀ, ਪ੍ਰਧਾਨ ਹੀ ਜਿਹੜੇ ਨੇ ਉਹ ਬਦਲੇ ਜਾਣ। ਦੇਖੋ ਪਹਿਲੀ ਤਾਂ ਗੱਲ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਤਾਂ ਕਿਸੇ ਨੇ ਕਿਹਾ ਨਹੀਂ, ਉਹਨਾਂ ਨੇ ਕੱਲ ਪਾਰਲੀਮੈਂਟਰੀ ਬੋਰਡ ਨੂੰ ਵੀ ਸਾਰੇ ਨੂੰ, ਐਸ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਨੂੰ ਵੀ, ਸਰਦਾਰ ਇਕਬਾਲ ਸਿੰਘ ਝੂੰਬਾ ਜਿਹੜੇ ਝੂੰਬਾ ਕਮੇਟੀ ਦੇ ਚੇਅਰਮੈਨ ਸੀ, ਕੋਰ ਕਮੇਟੀ ਦੇ ਮੈਂਬਰ ਹੈ, ਉਹਨਾਂ ਨੂੰ ਵੀ ਕੱਲ ਆਪ ਉਹਨਾਂ ਨੇ ਆਪਣੇ ਕੋਲ ਕੱਲ ਬੁਲਾਇਆ ਸੀ। ਇੱਕ ਤਾਂ ਉਹਨਾਂ ਨੇ ਗਿੱਦੜਬਾਹ ਦੇ ਵਿੱਚ ਜੋ ਪ੍ਰਸਥਿਤੀਆਂ ਬਣੀਆਂ ਉਹ ਸਾਨੂੰ ਸਾਰਾ ਕੁਛ ਜਿਹੜਾ ਉਹ ਬਰੀਫ ਕੀਤਾ। ਦੂਜਾ ਉਹਨਾਂ ਨੇ ਆਪ ਹੀ ਇੱਛਾ ਜਾਹਰ ਕੀਤੀ ਕਿ ਕੱਲ੍ਹ ਨੂੰ ਸੁਣਵਾਈ ਹੈ, ਅਤੇ ਮੈਂ ਬੇਨਤੀ ਕਰਦਾ ਕਿ ਭੁਪਿੰਦਰ ਸਾਹਿਬ ਇਹ ਜ਼ਿੰਮੇਵਾਰੀ ਪ੍ਰਧਾਨਗੀ ਦੀ ਸੰਭਾਲਣ। ਅਤੇ ਸਾਰਿਆਂ ਨੇ ਅਸੀਂ ਕਿਹਾ ਵੀ ਠੀਕ ਹੈ, ਕਿਉਂਕਿ ਭੁਪਿੰਦਰ ਸਾਹਿਬ ਬਹੁਤ ਸੀਨੀਅਰ ਬਾਦਲ ਸਾਹਿਬ ਦੇ ਸਭ ਤੋਂ ਪੁਰਾਣੇ ਸਾਥੀ ਨੇ, ਪਹਿਲਾਂ ਸਕੱਤਰ ਜਨਰਲ ਵੀ ਨੇ ਪਾਰਟੀ ਦੇ, ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਵੀ ਨੇ, ਡਿਸਿਪਲਿਨਰੀ ਕਮੇਟੀ ਦੇ ਚੇਅਰਮੈਨ ਵੀ ਨੇ। ਉਹ ਆਪ ਤਾਂ ਇੱਛਕ ਹੈ ਨਹੀਂ ਸੀਗੀ, ਪਰ ਪ੍ਰਧਾਨ ਸਾਹਿਬ ਦੇ ਕਹਿਣ 'ਤੇ ਅਸੀਂ ਸਾਰਿਆਂ ਨੇ ਬੇਨਤੀ ਕੀਤੀ ਕਿ ਠੀਕ ਹੈ। ਜਿਹੜਾ ਸਾਡਾ ਪ੍ਰਧਾਨਗੀ ਦਾ ਪ੍ਰੋਸੀਜਰ ਹੁੰਦਾ ਨਾ, ਬੜਾ ਲੰਬਾ ਹੁੰਦਾ, ਡੈਲੀਗੇਟ ਸੈਸ਼ਨ ਬੁਲਾਉਣਾ, 3 ਹਫ਼ਤੇ ਦਾ ਟਾਈਮ ਚਾਹੀਦਾ, ਪਹਿਲਾਂ ਪੁਰਾਣਾ ਪ੍ਰਧਾਨ ਅਸਤੀਫਾ ਦੇਵੇਗਾ, ਫਿਰ ਅੱਗੋਂ ਏਜੰਡਾ ਨਵੇਂ ਪ੍ਰਧਾਨਗੀ ਦੀ ਚੋਣ ਦਾ ਸ਼ੁਰੂ ਹੋਏਗਾ, ਫਿਰ ਪ੍ਰਧਾਨਗੀ ਦੀ ਚੋਣ ਹੋਏਗੀ, ਸਿਰ 'ਤੇ ਇਲੈਕਸ਼ਨਾਂ ਨੇ, ਹੋਰ ਕਈ ਟੈਕਨੀਕਲ ਡਿਫੀਕਲਟੀਜ਼ ਹੁੰਦੀਆਂ। ਇਸ ਕਰਕੇ ਜਦੋਂ ਪ੍ਰਧਾਨ ਜੀ ਕੋਲ ਇਹ ਅਧਿਕਾਰ ਹੁੰਦਾ, ਉਹ ਜਿਹਨੂੰ ਮਰਜ਼ੀ ਚਾਹੁਣ ਆਪਣੀਆਂ ਪਾਵਰਸ ਡੈਲੀਗੇਟ ਕਰ ਸਕਦੇ ਆ। ਉਹਨਾਂ ਨੇ ਦੂਜਾ ਇੱਛਾ ਜ਼ਾਹਰ ਕੀਤੀ, ਅੱਜ ਸੁਣਵਾਈ ਸੀਗੀ, ਅਤੇ ਬੜੀ ਅੱਛੀ ਤਰੀਕੇ ਦੇ ਨਾਲ ਜਿਹੜੀ ਆ ਉਹ ਜਿਹੜੀ ਆ ਵਰਕਿੰਗ ਪ੍ਰੈਜੀਡੈਂਟ, ਕੋਈ ਨਵੀਂ ਗੱਲ ਸਾਡੇ ਵੱਲ? ਸਾਰੀਆਂ ਪਾਵਰਾਂ ਸੁਖਬੀਰ ਸਿੰਘ ਬਾਦਲ ਕੋਲ ਨੇ ਜਾਂ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੋਰਾਂ ਕੋਲ ਨੇ? ਆਖਰੀ ਜਿਹੜਾ ਫੈਸਲਾ ਲੈਣਾ ਹੁੰਦਾ ਕਿਸੇ ਵੀ ਪ੍ਰਧਾਨ ਨੇ ਆਪਣੀਆਂ ਪਾਵਰਾਂ ਹੀ ਡੈਲੀਗੇਟ ਕਰ ਦਿੱਤੀਆਂ ਤੁਹਾਨੂੰ, ਉਹ ਜਿਹੜੀਆਂ ਸਾਰੀਆਂ ਪ੍ਰਧਾਨ ਦੇ ਪਾਵਰਾਂ ਉਹਨੂੰ ਕੋਲ ਆ ਜਾਂਦੀਆਂ। ਆਲਰੇਡੀ ਵੀ ਤਾਂ ਉਹ ਪਾਰਟੀ ਦੇ ਸੈਕਟਰੀ ਜਨਰਲ ਨੇ, ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ, ਡਿਸਿਪਲਿਨਰੀ ਕਮੇਟੀ ਦੇ ਚੇਅਰਮੈਨ, ਅੱਗੇ ਵੀ ਤਾਂ ਫੈਸਲੇ ਸਾਰੇ ਬੈਠ ਕੇ ਕਰਦੇ, ਪ੍ਰਧਾਨ ਸਾਹਿਬ ਕਿਹੜੇ ਅੱਗੇ ਕੱਲੇ ਫੈਸਲੇ ਕਰਦੇ। ਤੁਸੀਂ ਕਹਿ ਰਹੇ ਹੋ ਕਿ ਭੁਪਿੰਦਰ ਸਾਹਿਬ ਹੁਣ ਜਿਹੜੀ ਟੈਕਨੀਕਲ ਪੋਜੀਸ਼ਨ, ਮੈਂ ਤੁਹਾਨੂੰ ਦੱਸਿਆ ਨਾ ਕਿ ਜਿਹੜਾ ਪ੍ਰੋਸੀਜਰ ਹੁੰਦਾ ਬੜਾ ਲੰਬਾ ਹੁੰਦਾ, ਠੀਕ ਹੈ, ਜਿਹੜਾ ਪਾਰਟੀ ਦੇ ਸੰਵਿਧਾਨ ਦਾ, ਸਿਰ 'ਤੇ ਇਲੈਕਸ਼ਨਾਂ ਵੀ ਆ, ਅਸੀਂ ਕੋਈ ਉਦਾਂ ਦੀ ਸਥਿਤੀ ਵੀ ਨਹੀਂ ਖੜੀ ਕਰਨੀ ਚਾਹੁੰਦੇ ਪਾਰਟੀ ਵਾਸਤੇ, ਬੜੀਆਂ ਸ਼ਰਾਰਤਾਂ ਜਿਹੜੀਆਂ ਸਰਕਾਰਾਂ ਕਰਨੀਆਂ ਚਾਹੁੰਦੀਆਂ ਨੇ, ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜਦੋਂ ਪ੍ਰਧਾਨ ਸਾਹਿਬ ਨੇ, ਇਹ ਤਾਂ ਕਿਸੇ ਦੇ ਦਿਮਾਗ 'ਚ ਵੀ ਨਹੀਂ ਸੀਗਾ, ਉਹਨਾਂ ਨੇ ਬੁਲਾ ਕੇ ਅਤੇ ਕੱਲ੍ਹ ਹੀ ਕਿਹਾ ਵੀ ਨਹੀਂ ਯਾਰ ਮੈਨੂੰ ਇਹਦੇ ਤੋਂ ਵਿਹਲਾ ਕਰੋ, ਮੈਂ ਇੱਕ ਸਧਾਰਨ ਸਿੱਖ ਦੇ ਤੌਰ ਦੇ ਉੱਤੇ ਚਾਹੁੰਦਾ ਕਿ ਜੋ ਫੈਸਲਾ ਹੋਣਾ ਮੈਂ ਪ੍ਰਵਾਨ ਕਰਾਂ, ਅਤੇ ਇਹ ਜ਼ਿੰਮੇਵਾਰੀ ਤੁਸੀਂ ਜਿਹੜੀ ਹੈ ਵਰਕਿੰਗ ਕਮੇਟੀ ਤੁਸੀਂ ਸੰਭਾਲੋ। ਡਿੰਪੀ ਢਿੱਲੋਂ ਦੇ ਜਾਣ ਤੋਂ ਬਾਅਦ ਚਰਚਾ ਹੈ ਕਿ ਗਿੱਦੜਬਾਹਾ ਤੋਂ ਸੁਖਬੀਰ ਸਿੰਘ ਬਾਦਲ ਇਲੈਕਸ਼ਨ ਲੜਨ, ਤੁਸੀਂ ਇਹ ਗੱਲ ਕੀਤੀ ਕਿਉਂਕਿ ਮਹੇਸ਼ ਇੰਦਰ ਗਰੇਵਾਲ ਹੋਰਾਂ ਨੇ, ਕਈਆਂ ਨੇ ਇਹ ਗੱਲ ਮੀਟਿੰਗ 'ਚ ਕਿਹਾ ਕਿ ਪ੍ਰਧਾਨ ਸਾਹਿਬ ਨੂੰ ਇਲੈਕਸ਼ਨ ਲੜਨੀ ਚਾਹੀਦੀ, ਸੁਖਬੀਰ ਸਿੰਘ ਬਾਦਲ ਇਲੈਕਸ਼ਨ ਲੜ ਰਹੇ? ਨਹੀਂ, ਇਹ ਨਾ ਉੱਥੇ ਲੋਕਲ ਜੋ ਅਸੀਂ ਵੀ ਲੋਕਲ ਸਾਰੇ ਕੱਲ੍ਹ ਉੱਥੇ ਗਿੱਦੜਬਾਹ ਦੇ ਵੀ ਬਹੁਤ ਸਾਰੇ ਲੋਕ ਆਏ ਹੋਏ ਸੀਗੇ, ਜੋ ਲੋਕਾਂ ਦੀ ਜਿਹੜੀ ਆਵਾਜ਼ ਹੈ ਨਾ ਉਹ ਹੀ ਹੈ, ਪਰ ਕਰਨਾ ਕੀ ਹੈ, ਇਹ ਅਸੀਂ ਬਰੀਕੀ ਦੇ ਵਿੱਚ ਤਹਿ ਤੱਕ ਜਾ ਕੇ ਧੀਰਜ ਨਾਲ ਫੈਸਲਾ ਕਰਨਾ, ਇਸ ਕਰਕੇ ਉਹ ਲੋਕਾਂ ਦੀ ਆਵਾਜ਼ ਇਹੀ ਹੈ ਜੋ ਤੁਸੀਂ ਗੱਲ ਕਰ ਰਹੇ ਹੋ। ਲੜ ਸਕਦੇ ਨੇ, ਕੱਲ੍ਹ ਸਾਨੂੰ ਵੀ ਬੜੇ ਲੋਕਾਂ ਨੇ ਕਿਹਾ ਕਿ ਜਿਹੜੀ ਹੈ ਪ੍ਰਧਾਨ ਸਾਹਿਬ ਸਭ ਤੋਂ ਵਧੀਆ ਇਲੈਕਸ਼ਨ ਲੜ ਸਕਦੇ ਆ, ਇਸ ਕਰਕੇ ਜਿਹੜੀ ਹੈ ਇਹ ਲੋਕਾਂ ਦੀ ਆਵਾਜ਼ ਹੈ, ਪਾਰਟੀ ਵਿਚਾਰ ਕਰ ਰਹੀ ਹੈ ਔਰ ਲੜ ਸਕਦੇ ਨੇ। ਨਹੀਂ, ਹਾਲੇ ਤਾਂ ਬੈਠ ਕੇ ਦੇ ਉੱਤੇ ਧੀਰਜ ਨਾਲ ਵਿਚਾਰ ਕਰਾਂ, ਹਾਲੇ ਤਾਂ ਕੋਈ ਕਾਹਲੀ ਨਹੀਂ, ਸਾਰੇ ਥਾਵਾਂ ਦੇ ਫੈਸਲੇ ਹੋਣੇ ਹਨ, ਦੂਜੇ ਵੀ 3 ਥਾਵਾਂ ਤੇ ਅਸੀਂ ਜਾ ਕੇ ਆਏ ਹਾਂ, ਠੀਕ ਹੈ। ਇੱਥੇ ਕੱਲ ਜੋ ਕੁਛ ਪਿਛਲੇ ਦਿਨਾਂ 'ਚ ਹੈਪਨਿੰਗ ਹੋਈਆਂ ਉਹ ਪ੍ਰਧਾਨ ਸਾਹਿਬ ਨੇ ਐਕਸਪਲੇਨ ਕੀਤੀਆਂ, ਠੀਕ ਹੈ। ਇਸ ਕਰਕੇ ਇਸ ਤੋਂ ਬਾਅਦ ਵੀ ਦੂਜਾ ਅਸੀਂ ਹਾਲੇ ਫਿਰ ਬੈਠਾਂਗੇ, ਕਈ ਵਾਰੀ ਸਾਰੀਆਂ ਪ੍ਰਸਥਿਤੀਆਂ ਦੇਖ ਕੇ ਜੋ ਬੈਸਟ ਹੋਇਆ ਉਹ ਫੈਸਲਾ ਕਰਾਂਗੇ।